ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਅਸੀਂ ਸਾਰੇ ਠੀਕ ਹਾਂ, ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਹੋਰ ਤੁਸੀਂ ਸਾਰੇ ਠੀਕ ਹੋ? ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ, ਅਤੇ ਜਿਹੜਾ ਤੁਹਾਨੂੰ ਦਿੰਦੇ ਹਾਂ ਅਸੀਂ ਦੱਸਦੇ ਹਾਂ। ਅੱਜ ਤੁਹਾਡੇ ਲਈ ਸਰਪ੍ਰਾਈਜ਼ ਆ। ਸਰਪ੍ਰਾਈਜ਼ ਇਹ ਆ ਕਿ ਅੱਜ ਸਾਡੇ ਇੱਕ ਬੱਚੇ ਦਾ ਬਰਥਡੇ ਆ। ਕਿਹੜੇ ਦਾ ਵਾ ਉਹ ਤੁਹਾਨੂੰ ਜਦੋਂ ਅਸੀਂ ਵਾਪਸ ਆਵਾਂਗੇ ਉਦੋਂ ਪਤਾ ਲੱਗੂਗਾ ਕਿ ਕਿਹਦਾ ਬਰਥਡੇ ਆ। ਮੇਰਾ 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 ਇੱਥੇ ਅਸੀਂ ਖੜ੍ਹੇ ਹਾਂ ਜੀ ਬਰਥਡੇ ਬੁਆਏ ਵਾਸਤੇ ਸਾਈਕਲ ਲੈਣ ਵਾਸਤੇ। ਅਤੇ ਉਹ ਤਾਂ ਸਰਪ੍ਰਾਈਜ਼ ਆ, ਉਹ ਤਾਂ ਤੁਹਾਨੂੰ ਘਰੇ ਜਾ ਕੇ ਪਤਾ ਲੱਗੂ ਵੀ ਕਿਹਦਾ ਬਰਥਡੇ ਆ। ਅਤੇ ਅਸੀਂ ਸਾਈਕਲ ਖਰੀਦ ਰਹੇ ਸੀ, ਕੋਈ ਪਸੰਦ ਆ ਰਿਹਾ ਸੀ, ਕੋਈ ਨਹੀਂ ਪਸੰਦ ਆ ਰਿਹਾ ਸੀ। ਅਤੇ ਦਰਸ਼ਨ ਭਾਈ ਨੇ ਕਿਹੜਾ ਸਾਈਕਲ ਲੈਣਾ? ਕਿਹੜਾ ਉਹ ਲੈਣਾ? ਚਲੋ ਬਾਏ ਨੇ ਸਾਈਕਲ ਲੈ ਲਿਆ। ਚਲਾ ਚਲਾ ਬੱਚਾ ਆਸਾਨੀ ਨਾਲ ਚਲਾ ਲੈਂਦਾ ਵਾ। ਜਿਹੜੇ ਦੂਸਰੇ ਟਿਊਬਲੈਸ ਹੁੰਦੇ ਨਾ ਉਹਨਾਂ ਭਾਰਾ ਚੱਲਦਾ ਸਾਈਕਲ। ਬਾਏ ਨੇ ਸਾਈਕਲ ਲੈਣਾ ਵਾ? ਇਹ ਅਸੀਂ ਗਏ ਸੀ ਤਰਨ ਤਾਰਨ ਸਾਹਿਬ ਦਰਸ਼ਨ ਕਰਨ, ਤਾਂ ਉੱਥੇ ਬਹੁਤ ਸੋਹਣੇ ਸੋਹਣੇ ਜਿਹੜੇ ਫਲਾਵਰ ਸੀਗੇ। ਇੱਧਰ ਸ਼ਹਿਬਾਜ਼ ਅਤੇ ਚੇਤਨ ਜਿਹੜਾ ਘੁੰਮਦੇ ਆ, ਇਹ ਕਿਤੇ ਵੀ ਜਾਂਦੇ ਆ ਘੁੱਲਦੇ ਰਹਿੰਦੇ, ਬਸ ਆਪਣੀ ਇਹਨਾਂ ਦੀ ਮਸਤੀ ਰਹਿੰਦੀ ਆ। ਅਤੇ ਇਹ ਇੱਦਾਂ ਅੱਗੇ ਅੱਗੇ ਸਾਡੇ ਭੱਜੇ ਜਾਂਦੇ ਸੀ, ਇੱਧਰ ਸ਼ਹਿਬ ਚੇਤਨ ਕੀ ਕਰਨ ਦੇ ਆ, ਅਤੇ ਦਿਲਾਸ ਅਤੇ ਸ਼ਹਿਬਾਜ਼ ਅੱਗੇ ਅੱਗੇ ਭੱਜੇ ਜਾਂਦੇ ਆ। ਇੱਥੇ ਅਸੀਂ ਥੋੜ੍ਹੇ ਟਾਈਮ ਲਈ ਖੜ੍ਹੇ ਸੀ, ਆਉਂਦੇ ਫਿਸ਼ ਵੇਖਣੀਆਂ, ਫਿਸ਼ਿਜ਼ ਵੇਖਦੇ ਪਏ ਹਾਂ। ਅਤੇ ਹੁਣ ਅਸੀਂ ਚੱਲੇ ਹਾਂ ਵਾਪਸ ਘਰ ਨੂੰ, ਦਰਸ਼ਨ ਮੇਲੇ ਕਰ ਲਏ ਆ। ਅਤੇ ਇੱਧਰ ਅਮਨ ਫੋਨ ਆਉਂਦਿਆ ਸੀ ਤਾਂ ਫੋਨ ਸੁਣਨ ਬਹਿ ਗਈ। ਅਤੇ ਜਦੋਂ ਰਸਤੇ ਸਾਰੀ ਪਰਿਕਰਮਾ ਦੇ ਵਿੱਚ ਇੰਨੇ ਸੋਹਣੇ ਸੋਹਣੇ ਫਲਾਵਰ ਲੱਗੇ, ਇੰਨੇ ਵੱਡੇ ਵੱਡੇ ਮੈਰੀਗੋਲਡ ਦੇ ਫਲਾਵਰ ਆ, ਮੈਂ ਪਹਿਲੀ ਵਾਰ ਵੇਖੇ ਵੀ ਇੰਨੇ ਇੰਨੇ ਵੱਡੇ ਮੈਰੀਗੋਲਡ ਦੇ ਫਲਾਵਰ ਵੀ ਹੁੰਦੇ ਆ। ਮੈਂ ਤਾਂ ਵੇਖ ਕੇ ਉੱਥੇ ਮੈਂ ਬਸ ਇਹੀ ਕੁਛ ਵੇਖੀ ਜਾਵਾਂ। ਅਤੇ ਥੋੜ੍ਹੀ ਜਿਹੀ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਦੇ ਹਾਂ ਅਸੀਂ ਤਰਨ ਤਾਰਨ ਸਾਹਿਬ ਦੇ। ਅਤੇ ਇੱਥੋਂ ਥੋੜ੍ਹੀ ਜਿਹੀ ਕਲਿੱਪ ਜਿਹੜੀ ਮੈਂ ਲਈ ਸੀ ਗੁਰਦੁਆਰਾ ਸਾਹਿਬ ਦੀ, ਅਤੇ ਬਾਕੀ ਤਾਂ ਮੈਂ ਫਲਾਵਰ ਹੀ ਦੇਖਦੀ ਰਹੀ, ਇੰਨੇ ਵੱਡੇ ਵੱਡੇ ਫਲਾਵਰ, ਅਤੇ ਮੈਨੂੰ ਬਹੁਤ ਪਸੰਦ ਲੱਗੇ। ਅਸੀਂ ਗਏ ਹਾਂ ਕੇਕ ਲੈਣ, ਸਾਡਾ ਕੋਈ ਕੇਕ ਕੱਟਣ ਦਾ ਇਰਾਦਾ ਨਹੀਂ ਸੀ, ਬਟ ਬਰਥਡੇ ਬੁਆਏ ਜਿੱਦ ਕਰ ਰਿਹਾ ਸੀ ਤਾਂ ਉਹਦੀ ਮੰਨਣੀ ਪਈ। ਸਾਡਾ ਪਲੈਨ ਕੁਛ ਹੋਰ ਸੀਗਾ ਕਿ ਇਸ ਵਾਰ ਕੇਕ ਨਹੀਂ ਕੱਟਣਾ, ਕੁਛ ਹੋਰ ਕਰਾਂਗੇ, ਬਟ ਜਿਹੜਾ ਬਰਥਡੇ ਬੁਆਏ ਸਾਡਾ ਉਹ ਬਹੁਤ ਜਿੱਦੀ ਆ, ਉਹਨੇ ਕਿਹਾ ਵੀ ਮੇਰਾ ਇਸ ਵਾਰ ਕੇਕ ਕੱਟੋ ਕੱਟੋ। ਤਾਂ ਫਿਰ ਅਸੀਂ ਦੁਬਾਰਾ ਅੱਧੀ ਰਾਤ ਨੂੰ ਬੇਕਰੀ 'ਤੇ ਗਏ ਅਤੇ ਕੇਕ ਲੈ ਕੇ ਆਏ। ਅਸੀਂ ਬਾਜ਼ਾਰ ਗਏ ਸੀ, ਬਾਜ਼ਾਰ ਤੋਂ ਆ ਚੁੱਕੇ ਹਾਂ ਘਰੇ। ਅਤੇ ਅੱਜ ਕਿਹਦਾ ਬਰਥਡੇ ਆ? ਇੱਥੇ ਆਓ ਲਾਈਨ 'ਚ ਲੱਗੋ, ਦੱਸਦੇ ਹਾਂ ਕਿਹਦਾ ਬਰਥਡੇ ਅੱਜ ਤੁਹਾਨੂੰ ਦੱਸਦੇ ਹਾਂ। ਅੱਜ ਕਿਹਦਾ ਬਰਥਡੇ ਸੀਗਾ? ਸ਼ਾਮ ਦੇ ਵੱਜ ਚੁੱਕੇ ਆ ਸਾਢੇ ਛੇ ਹੋ ਚੁੱਕੇ ਆ। ਕਿਹਦਾ ਬਰਥਡੇ ਅੱਜ ਹੈ? ਆਸ਼ਾ ਬਾਈ ਦਾ ਬਰਥਡੇ ਆ? ਨਹੀਂ, ਦਿਲਰਾਜ ਦਾ ਬਰਥਡੇ ਆ? ਨਹੀਂ, ਸ਼ਹਿਬਾਜ਼ ਲੈ ਕੇ ਆਏ।
ਇਸ ਤੇ ਬਾਦਸ਼ਾਹ ਵਾਲਾ ਆਇਆ ਸਲਾਈਮ ਛਪ ਚੇਤਨ ਜਦੋਂ ਕੀ ਗਿਫਟ ਮਿਲਿਆ ਬਰਥਡੇ ਦਾ ਸਾਈਕਲ ਸਲਾਈਮ ਵੀ ਚੇਤਨ ਨੂੰ ਵੀ ਸਲਾਈਮ ਲੈ ਕੇ ਦਿੱਤੀ ਆ ਅੱਛਾ ਪਰ ਇੱਕ ਉਹ ਜਿਹੜੀ ਕੀ ਹੀ ਦੂਰ ਇੱਕ ਪੋਪੋ ਤੇ ਪਤਾ ਨਹੀਂ ਇਤਰਾ ਪੋਪਟ ਜੀ ਪੋਪਟ 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 ਇਤਰਾ ਜਿਹੜਾ ਉਹਦੇ ਨਾਲ ਬੁਲਬੁਲੇ ਲੱਗੇ ਹੀ ਇਤਰਾ ਇਤਰਾ ਫੋੜੀ ਜਾਈ ਉਹ ਲੈ ਪਹਿਲਾਂ ਪਰ ਨਹੀਂ अपने को खादी तू की खवाया हानू अज बड़े दा केक केक कितो आया केक खवाया हानू अज तक सचू के ते वजा थल्ले सीधा जागे ते सारा खराब हो गया नहीं आ मुंडे दी मम्मी ने टावर कड्या की बड़ी इसे तो ले के देना आई वे ते सी वे ए मुंडे दी मम्मी आ ना ता करके ने टावर कड्या आई दे आ ए की आ आ मुंडे दा पापा आ मुंडे दी मम्मी मैं मुंडे दी ताई की लाज के केक ला जी चलो कटन वाले ने तो सदो तो साइकिल दे बड़ा चाव आ मेरा आशा चेतन जोत ली केक लेके आए हैं ते ए आ डू नॉट जेदे विचो तीन कैंडल्स भी है जेदे विचो तीन जेडे डू नॉट आ खा चुके आ अम्मा शे तिन्ने तीसरा माशा साइकिल चलाउन दिया जी दा हैप्पी बर्थडे लकोई नहीं पाला वीरे दा झूठा वा बाजा चेतन नु खवाओ चलो तो केक भी बना
ਇਧਰ ਵੇਖਾਂ ਚਮਕੀਲੀ ਖਾਣ ਵਾਲੀ ਜਾਂ ਸੁਰੀ ਆ ਹੋ ਗਈ ਮਾਲੇ ਤੇ ਵੀ ਲੱਗ ਗਿਆ ਚੱਲ ਕੋਈ ਨਾ ਹੁਣ ਲੱਗੇ ਆ ਖਾਣਾ ਬਣਾਉਣ। ਮਸਟਰਡ ਓਇਲ ਵਿੱਚ ਪਾਇਆ ਜੀਰਾ ਰਾਈ, ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਅਦਰਕ ਤੇ ਜੋ ਵੀ ਸਾਰਾ ਕੁਛ ਮਿਕਸ ਪਿਆਜ਼ ਅਦਰਕ ਲਸਣ ਤੇ ਮਿਰਚਾਂ ਦਾ ਜਿਹੜਾ ਪੇਸਟ ਬਣਾਇਆ ਉਹ ਪਾ ਦਾਂਗੇ। ਪੇਸਟ ਨਹੀਂ ਆ ਜਾਣੀ ਕਿ ਇਹਨਾਂ ਨੂੰ ਬਰੀਕ ਚੌਪ ਕੀਤਾ ਹੈ ਅਤੇ ਉਹ ਪਾ ਦਾਂਗੇ ਅਤੇ ਉਹਨਾਂ ਨੂੰ ਥੋੜ੍ਹਾ ਟਾਈਮ ਵਾਸਤੇ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਕੱਟਿਆ ਹੋਇਆ ਯਾਨੀ ਕਿ ਬਰੀਕ ਉਹਨੂੰ ਕੀਤਾ ਹੋਇਆ ਵਾ ਅਤੇ ਉਹ ਪਾ ਦਾਂਗੇ। ਹੁਣ ਹਲਦੀ, ਨਮਕ ਅਤੇ ਗਰਮ ਮਸਾਲਾ, ਨੋਰਮਲ ਜਿਹੜੇ ਮਸਾਲੇ ਆਪਾਂ ਡੇਲੀ ਪਾਉਂਦੇ ਹਾਂ ਆਪਣੇ ਟੇਸਟ ਦੇ ਅਕੋਰਡਿੰਗ ਆਪਾਂ ਪਾਉਂਦੇ ਹਾਂ ਆਪਣੀ ਸਬਜ਼ੀ ਦੇ ਅਕੋਰਡਿੰਗ। ਅਤੇ ਹੁਣ ਆਪਾਂ ਨੇ ਥੋੜ੍ਹਾ ਚਿਰ ਭੁੰਨ ਕੇ ਫਿਰ ਫੈਂਟਿਆ ਹੋਇਆ ਦਹੀਂ ਵਿੱਚ ਪਾ ਦਿੱਤਾ ਹੈ ਅਸੀਂ ਅਤੇ ਇਹਨੂੰ ਥੋੜ੍ਹਾ ਕੁ ਹਿਲਾਉਣਾ ਹੈ, ਦਹੀਂ ਫਟੇ ਨਾ, ਧਿਆਨ ਰੱਖਣਾ ਕਿ ਫੁੱਟੀਆਂ ਨਾ ਬਣ ਜਾਂਦੇ। ਹੁਣ ਇਹਦੇ ਵਿੱਚ ਪਾ ਦਿੱਤੀ ਆ ਕਸੂਰੀ ਮੇਥੀ ਅਤੇ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਉਬਾਲ ਆ ਰਿਹਾ ਹੈ। ਉਬਾਲ ਆਉਣ ਤੋਂ ਬਾਅਦ ਆ ਇਹਨੂੰ ਆਪਾਂ ਥੋੜ੍ਹਾ ਚਿਰ ਫਿਰ ਉਬਾਲ ਲਵਾਂਗੇ ਤਾਂ ਕਿ ਜਿਹੜੀ ਗ੍ਰੇਵੀ ਉਹ ਚੰਗੀ ਤਰ੍ਹਾਂ ਪੱਕ ਜਾਵੇ। ਅਤੇ ਫਿਰ ਪਾ ਦਿੱਤੇ ਆਪਾਂ ਉਬਲੇ ਹੋਏ ਆਲੂ ਅਤੇ ਆਲੂ ਪਾਉਣ ਤੋਂ ਬਾਅਦ ਆਪਾਂ ਜੇ ਸੰਘਣੀ ਰੱਖਣੀ ਆ ਤੁਸੀਂ ਇਸ ਤਰ੍ਹਾਂ ਖਾਣੀ ਆ ਤਾਂ ਇਸ ਤਰ੍ਹਾਂ ਖਾ ਸਕਦੇ ਆ। ਅਗਰ ਤੁਸੀਂ ਵਿੱਚ ਚਾਹੋ ਤਾਂ ਥੋੜ੍ਹਾ ਪਾਣੀ ਪਾ ਕੇ ਪਤਲੀ ਵੀ ਕਰ ਸਕਦੇ ਜੇ, ਇਹ ਕਾਫੀ ਪਤਲੀ ਵੀ ਬਹੁਤ ਟੇਸਟ ਲੱਗਦੀ ਹੈ। ਅਗਰ ਜ਼ਿਆਦਾ ਪਤਲੀ ਵੀ ਤੁਸੀਂ ਬਣਾਉਂਦੇ ਬਹੁਤ ਸਵਾਦ ਬਣਦੀ ਆ। ਅਤੇ ਸਾਡੀ ਜਿਹੜੀ ਆ ਖੱਟੀ ਮਿੱਠੀ ਆਲੂ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ ਆ, ਇਹ ਪੂੜੀਆਂ ਨਾਲ ਬਹੁਤ ਸਵਾਦ ਲੱਗੂਗੀ। ਅਤੇ ਇੱਧਰ ਆਪਾਂ ਤਿਆਰ ਕਰਦੇ ਹਾਂ ਪੂੜੀਆਂ ਵਾਸਤੇ ਆਟਾ। ਉਹਦੇ ਵਾਸਤੇ ਆਪਾਂ ਆਟਾ ਅਤੇ ਮੈਦਾ ਜੋ ਦੋਨੋਂ ਜਿਹੜੇ ਸੇਮ ਕੁਆਂਟਿਟੀ ਵਿੱਚ ਲੈ ਲਿਆ ਅਤੇ ਆਪਾਂ ਉਹਨਾਂ ਨੂੰ ਸੇਮ ਇੱਕੇ ਬਰਤਨ ਨਾਲ ਮਿਲ ਲਿਆ, ਇੱਕ ਬਰਤਨ ਜਿਸ ਤਰ੍ਹਾਂ ਇੱਕ ਕੌਲੀ ਮੈਦਾ ਅਤੇ ਇੱਕ ਕੌਲੀ ਲੈ ਲਿਆ ਉਹ ਆਟਾ ਅਤੇ ਉਹਦੇ ਵਿੱਚ ਪਾ ਲਿਆ ਥੋੜ੍ਹਾ ਜਿਹਾ ਨਮਕ ਅਤੇ ਥੋੜ੍ਹਾ ਜਿਹਾ ਆਪਾਂ ਪਾ ਲਾਂਗੇ ਜੀਰਾ। ਅਤੇ ਇਸ ਤੋਂ ਬਾਅਦ ਇਹਨੂੰ ਜਿਹੜਾ ਮਿਕਸ ਕਰਕੇ ਅਤੇ ਇਹਨਾਂ ਨੂੰ ਆਪਾਂ ਜਿਹੜਾ ਵਾ ਚੰਗੀ ਤਰ੍ਹਾਂ ਪਹਿਲਾਂ ਆਟੇ ਨੂੰ ਅਤੇ ਮੈਦੇ ਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ। ਅਤੇ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਇੱਕ ਖੱਡਾ ਜਿਹਾ ਬਣਾ ਲਿਆ ਯਾਨੀ ਕਿ ਵਿਚਕਾਰ ਦੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਜਿਸ ਤਰ੍ਹਾਂ ਪਹਿਲਾਂ ਪਾਵਾਂਗੇ ਮੋਣ। ਮੋਣ ਵਾਸਤੇ ਮੈਂ ਰਿਫਾਇੰਡ ਓਇਲ ਲਿਆ, ਤੁਸੀਂ ਘਿਓ ਜੋ ਮਰਜ਼ੀ ਲੈ ਸਕਦੇ ਬਟ ਮੈਂ ਰਿਫਾਇੰਡ ਓਇਲ ਦੇ ਵਿੱਚ ਹੀ ਮੋਣ ਪਾਈ, ਮੈਂ ਰਿਫਾਇੰਡ ਓਇਲ ਦੀ ਮੋਲ ਪਾਈ ਆ। ਅਤੇ ਹੁਣ ਇਹਨੂੰ ਆਪਾਂ ਪਹਿਲਾਂ ਇੱਕ ਚੰਗੀ ਤਰ੍ਹਾਂ ਜਿਹੜਾ ਵਾ ਆਟਾ ਜਿਹੜਾ ਆਪਣਾ ਜੋ ਵੀ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਤੇਲ ਦੇ ਨਾਲ ਸਾਰਿਆਂ ਨੂੰ ਵਿੱਚ ਤੇਲ ਦੇ ਮਿਕਸ ਕਰਨਾ ਹੈ। ਇਹਦੇ ਨਾਲ ਪੂੜੀਆਂ ਬਹੁਤ ਜ਼ਿਆਦਾ ਸੌਫਟ ਅਤੇ ਕਰੰਚੀ ਬਣਦੀਆਂ ਵਾ। ਜਿਹੜਾ ਰਿਫਾਇੰਡ ਆ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਕਰ ਲਿਆ, ਹੁਣ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ ਲੈ ਕੇ ਉਹਨੂੰ ਮੈਂ ਜਿਹੜਾ ਵਾ ਆਟੇ ਨੂੰ ਗੁੰਨ ਲਾਂਗੀ ਸੌਫਟ, ਜਿੱਦਾਂ ਆਪਾਂ ਨੋਰਮਲ ਆਟਾ ਗੁੰਨਦੇ ਹਾਂ ਰੋਟੀ ਵਾਲਾ ਉਸ ਤਰ੍ਹਾਂ ਹੀ ਗੁੰਨਾਂਗੇ। ਜਿਹੜਾ ਕਿ ਬਹੁਤ ਸਾਰੀਆਂ ਜਿਹੜੀਆਂ ਫੁੱਲੀਆਂ ਫੁੱਲੀਆਂ ਪੂੜੀਆਂ ਇਹਦੇ ਨਾਲ ਬਣ ਗਈਆਂ। ਇਹ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਆ। ਹੁਣ ਇੱਧਰ ਮੈਂ ਲੱਗੀਆਂ ਪੂੜੀਆਂ ਕੱਢਣ, ਆਪਾਂ ਤੇਲ ਜਿਹੜਾ ਚੜਾ ਦਿੱਤਾ ਹੈ ਅਤੇ ਇੱਧਰ ਮੈਂ ਇੱਕ ਵਾਰੀ ਪਹਿਲਾਂ ਸਾਰੇ ਪੂੜੀਆਂ ਦੇ ਜਿਹੜੇ ਆ ਪੇੜੇ ਚੋਂਡੇ ਕਰਕੇ ਰੱਖ ਲਵਾਂਗੀ ਤਾਂ ਕਿ ਨਾਲ ਨਾਲ ਤੇਲ ਦੇ ਵਿੱਚ ਕੱਢ ਕੱਢ ਕੇ ਪਾਈ ਜਾਈਏ। ਅਤੇ ਅਸੀਂ ਹੁਣ ਲੱਗੇ ਹਾਂ ਪੂੜੀਆਂ ਬਣਾਉਣ, ਅਤੇ ਤੁਸੀਂ ਜਿਹੜੀ ਅਸੀਂ ਰੈਸਪੀ ਬਣਾਈ ਆ ਸਾਨੂੰ ਜ਼ਰੂਰ ਟਰਾਈ ਕਰਕੇ ਦੱਸਣਾ ਵੀ ਸਾਡੀ ਦੁਬਾਰਾ ਜਿਹੜੀ ਦੱਸੀ ਹੋਈ ਰੈਸਪੀ ਆ ਉਹ ਕਿਸ ਤਰ੍ਹਾਂ ਬਣੇਗੀ। ਜਿਹੜੀਆਂ ਪੂੜੀਆਂ ਥੋੜ੍ਹਾ ਮੋਟੀਆਂ ਤਾਂ ਮੋਟੀਆਂ ਰੱਖਣੀਆਂ ਹੈ, ਮੋਟੀਆਂ ਰੱਖਾਂਗੇ ਤਾਂ ਫਿਰ ਬਹੁਤ ਸੋਹਣੀਆਂ ਫੁੱਲ ਕੇ ਤੁਸੀਂ ਵੇਖ ਸਕਦੇ ਹੋ ਉੱਪਰ ਆ ਰਹੀਆਂ ਅਤੇ ਬਹੁਤ ਜਿਹੜੀਆਂ ਵਧੀਆ ਪੂੜੀਆਂ ਬਣੀਆਂ ਸੀਗੀਆਂ। ਅਤੇ ਇਹ ਜਿਹੜਾ ਪਿਆਰੇ ਪਿਆਰੇ ਫਰੈਂਡਸ ਵਾਸਤੇ ਮੈਂ ਥਾਲੀ ਸਜਾਈ ਹੋਈ ਆ ਅਤੇ ਟਰਾਈ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਦੀ ਬਣੀ ਆ। ਇਹ ਵਾਲਾ ਵਲੋਗ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਮਿਲਾਂਗੇ ਇੱਕ ਨਵੇਂ ਵਲੋਗ ਦੇ ਨਾਲ। ਹਾਂ, ਇੱਕ ਕੁਇਕ ਰਿਮਾਈਂਡਰ ਹੈਗਾ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ